ਤੀਵੇਂ ਦਸ਼ਮੇਸ਼ ਹੌਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਆਖਰੀ ਦਿਨ ਫਾਈਨਲ ਮੈਚ ਦੌਰਾਨ ਜਰਖੜ ਅਕੈਡਮੀ ਦੀ ਟੀਮ ਨੇ 2-1 ਗੋਲਾਂ ਦੇ ਫਰਕ ਨਾਲ ਸਿਗਨਲ ਜਲੰਧਰ ਨੂੰ ਹਰਾ ਕੇ 3ਵੇਂ ਦਸ਼ਮੇਸ਼ ਹੌਕਸ ਆਲ ਇੰਡੀਆ ਫੈਸਟੀਵਲ ਨੂੰ ਆਪਣੇ ਨਾਂ ਕੀਤਾ। ਰਿਟਾਇਰਡ ਇੰਜੀਨੀਅਰ ਇਨ ਚੀਫ ਇੰਜੀਨੀਅਰ ਮਨਮੋਹਨ ਸਿੰਘ, ਮੈਂਬਰ ਪੰਜਾਬ ਇਨਫਰਾਸਟ੍ਰਕਚਰ ਰੈਗੂਲੇਟਰੀ ਅਥਾਰਟੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਇੰਜੀਨੀਅਰ ਮਨਮੋਹਨ ਸਿੰਘ ਜੀ ਨੇ ਜੇਤੂ ਅਤੇ ਉਪ ਜੇਤੂ ਰਹੀ ਟੀਮਾਂ ਨੂੰ ਕ੍ਰਮਵਾਰ 51,000 ਅਤੇ 31,000 ਰੁਪਏ ਸਮੇਤ ਹਰੇਕ ਖਿਡਾਰੀ ਨੂੰ ਵਿਅਕਤੀਗਤ ਇਨਾਮ, ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰਾਫੀਆਂ ਵੀ ਦਿੱਤੀਆਂ। ਸ਼੍ਰੀ ਇੰਦਰਜੀਤ ਸਿੰਘ ਲਾਡੀ, ਜ਼ਿਲ੍ਹਾ ਹਾਕੀ ਕੋਚ ਰੋਪੜ ਨੂੰ ਬੈਸਟ ਹੌਕਸ ਦਾ ਇਨਾਮ ਵੀ ਮਾਨਯੋਗ ਮੁੱਖ ਮਹਿਮਾਨ ਵੱਲੋਂ ਦਿੱਤਾ ਗਿਆ। ਅੱਜ ਇਸ ਮੌਕੇ ਹੌਕਸ ਕਲੱਬ ਦੇ ਸਕੱਤਰ ਸ਼੍ਰੀ ਜਸਵੀਰ ਸਿੰਘ ਰਾਏ, PPS SP ਹੈੱਡਕੁਆਰਟਰ ਬਟਾਲਾ ਨੇ ਦੱਸਿਆ ਕਿ ਰੂਪਨਗਰ ਹੌਕਸ ਕਲੱਬ ਭਾਰਤ ਦਾ ਇੱਕ ਨਵੇਕਲਾ ਕਲੱਬ ਹੈ ਜਿਸ ਦਾ ਆਪਣਾ ਸਟੇਡੀਅਮ ਹੈ। ਇਸ ਕਲੱਬ ਲਈ ਰੋਪੜ ਦੀ ਹਾਕੀ ਨੂੰ ਰਾਸ਼ਟਰੀ ਪੱਧਰ 'ਤੇ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਾਉਣ ਲਈ ਪਿਛਲੇ 50 ਸਾਲਾਂ ਤੋਂ ਵੱਡਾ ਯੋਗਦਾਨ ਪਾਇਆ ਹੈ। ਤੀਵਾਂ ਦਸ਼ਮੇਸ਼ ਹੌਕਸ ਹੌਕੀ ਫੈਸਟੀਵਲ ਜਿਹੜਾ ਕਿ 13 ਤਰੀਕ ਤੋਂ ਸਟਾਰਟ ਹੋਇਆ ਸੀ, ਅੱਜ 17 ਤਰੀਕ ਨੂੰ ਇਸਦਾ ਫਾਈਨਲ ਮੁਕਾਬਲਾ ਹੋਇਆ। ਇਸ ਫਾਈਨਲ ਮੁਕਾਬਲੇ ਦੇ ਵਿੱਚ ਜਿਹੜਾ ਕਿ ਜਰਖੜ ਦੀ ਟੀਮ, ਜਰਖੜ ਅਕੈਡਮੀ ਟੀਮ ਜੇਤੂ ਰਹੀ ਹੈ ਅਤੇ ਸਿਗਨਲ ਦੀ ਟੀਮ ਸੈਕਿੰਡ ਆਈ ਹੈ। ਇਸ ਮੈਚ ਦੇ ਦੌਰਾਨ ਜਿਹੜੀ ਜੇਤੂ ਟੀਮ ਹੈ ਉਹਨੂੰ 51,000 ਦਾ ਇਨਾਮ ਦਿੱਤਾ ਗਿਆ, ਜਿਹੜੀ ਸੈਕਿੰਡ ਟੀਮ ਹੈ ਉਸ ਨੂੰ 30,000 ਦਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜੇ ਇਹਨਾਂ ਨੂੰ ਇੰਡੀਵਿਜੁਅਲ ਪ੍ਰਾਈਜ਼ ਵੀ ਦਿੱਤੇ ਗਏ ਹਨ। ਇਹ ਜਿਹੜਾ ਸਾਡਾ ਟੂਰਨਾਮੈਂਟ ਹੈ ਇਹ 550ਵੇਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੈ। ਇਸ ਦੇ ਵਿੱਚ ਸਾਰੇ ਖਿਡਾਰੀਆਂ ਨੇ ਬਹੁਤ ਖੁੱਲ੍ਹ ਕੇ ਹਿੱਸਾ ਲਿਆ, ਬਹੁਤ ਹੀ ਵਧੀਆ ਤਰੀਕੇ ਦਾ ਪ੍ਰਦਰਸ਼ਨ ਕੀਤਾ। ਜਿਹੜੇ ਲੋਕ ਉਹ ਵੀ ਬਹੁਤ ਖੁਸ਼ ਹੋ ਕੇ ਗਏ ਨੇ ਇਸ ਟੂਰਨਾਮੈਂਟ ਨੂੰ ਦੇਖ ਕੇ। ਜਿਹੜਾ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿੰਨੇ ਵੀ ਇਸ ਤੁਹਾਡੇ ਚੈਨਲ ਦੇ ਜ਼ਰੀਆ ਸੁਣਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਾਓ, ਗਰਾਊਂਡ 'ਚ ਭੇਜੋ ਤਾਂ ਜੋ ਜਿਹੜਾ ਨਸ਼ੇ ਦਾ ਰੁਝਾਨ ਬਣਿਆ ਉਹ ਖਤਮ ਹੋਵੇ। ਜੇਕਰ ਬੱਚੇ ਖੇਡਾਂ 'ਚ ਖੇਡਣ ਅਤੇ ਗਰਾਊਂਡਾਂ 'ਚ ਜਾਣ ਤਾਂ ਹੀ ਅਸੀਂ ਜਿਹੜਾ ਕਿ ਨਸ਼ੇ ਦਾ ਮੁਕਾਬਲਾ ਕਰ ਸਕਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਸਕਦੇ ਹਾਂ ਅਤੇ ਪੰਜਾਬ ਦੀ ਜਵਾਨੀ ਨੂੰ ਅਸੀਂ ਵਧੀਆ ਤਰੀਕੇ ਨਾਲ ਸਿਰ ਸਕਦੇ ਹਾਂ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ।